ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਕਾਂਗਰਸ ਨੇ ਸੈਣੀ ਸਰਕਾਰ ਨੂੰ ਬਰਖਾਸਤ ਕਰਨ ਦੀ ਰੱਖੀ ਮੰਗ। ਸਾਬਕਾ ਸੀਐਮ ਹੁੱਡਾ ਨੇ ਐਮਐਲਏ ਸਮੇਤ ਰਾਜਪਾਲ ਨਾਲ ਕੀਤੀ ਮੁਲਾਕਾਤ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਦਿੱਤਾ ਮੰਗ ਪੱਤਰ। ਨੀਟ ਮਾਮਲੇ ਚ ਬੋਲੇ ਕੇਂਦਰੀ ਸਿੱਖਿਆ ਮੰਤਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਜਾ ਰਹੀ ਹੈ। ਪੱਛਮੀ ਬੰਗਾਲ ਦੇ ਰਾਜਪਾਲ ਨੇ ਮਮਤਾ ਬੈਨਰਜੀ ਅੱਗੇ ਰੱਖੀ ਮੰਗ। ਕਲਕੱਤਾ ਪੁਲਿਸ ਤੋਂ ਆਪਣੀ ਸੁਰੱਖਿਆ ਦੱਸਿਆ ਖਤਰਾ, ਰਾਜਭਵਨ ਚ ਤਾਇਨਾਤ ਕਲਕੱਤਾ ਪੁਲਿਸ ਤੋਂ ਲੱਗ ਰਿਹਾ ਡਰ, ਕਿਹਾ ਸੀਵੀ ਆਨੰਦ ਨੇ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਹਰਿਆਣਾ ਚ ਕਾਂਗਰਸ ਪਾਰਟੀ ਇੱਕ ਵੱਡੀ ਸਿਆਸੀ ਉਲਟਫੇਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕਾਂਗਰਸ ਦੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਮੰਗ ਪੱਤਰ ਸੌਂਪ ਕੇ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਉਦੇ ਭਾਨ ਤੋਂ ਇਲਾਵਾ ਇਸ ਵਫਦ ਵਿੱਚ 3 ਵਿਧਾਇਕ ਸ਼ਾਮਲ ਨੇ। ਸੈਣੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਵਿਧਾਇਕਾਂ ਨਾਲ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਰਾਜਪਾਲ ਤੋਂ ਮੰਗ ਕੀਤੀ ਕਿ ਸੂਬਾ ਸਰਕਾਰ ਕੋਲ ਬਹੁਮਤ ਨਹੀਂ ਹੈ, ਇਸ ਲਈ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹਨਾਂ ਮਾਮਲਿਆਂ ਦੀ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਉੱਚ ਪੱਧਰੀ ਕਮੇਟੀ NTA ਨੂੰ ਹੋਰ ਬਿਹਤਰ ਬਣਾਉਣ ਲਈ ਸਿਫਾਰਸ਼ਾਂ ਦੇਵੇਗੀ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ, ਜ਼ੀਰੋ ਇਮਤਿਹਾਨ ਕਰਾਉਣਾ ਸਰਕਾਰ ਦੀ ਤਰਜੀਹ ਰਹੀ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਨੀਟ ਪ੍ਰੀਖਿਆ ਨੂੰ ਲੈ ਕੇ ਲਗਾਤਾਰ ਬਿਹਾਰ ਸਰਕਾਰ ਦੇ ਸੰਪਰਕ 'ਚ ਹਾਂ ਅਤੇ ਸਰਕਾਰ ਨੇ ਕਿਹਾ ਕਿ ਪਟਨਾ ਪੁਲਿਸ ਤੋਂ ਸੂਚਨਾ ਮਿਲੀ ਕਿ ਇਸ ਮਾਮਲੇ 'ਚ ਪਟਨਾ ਪੁਲਿਸ ਦਾ ਕੰਮ ਸ਼ਲਾਘਾਯੋਗ ਹੈ। ਉਹਨਾਂ ਇਹ ਵੀ ਕਿਹਾ ਕਿ ਭਾਵੇਂ NTA ਜਾਂ NTA ਵਿੱਚ ਕੋਈ ਵੀ ਹੋਵੇ, ਵਿਦਿਆਰਥੀਆਂ ਦਾ ਭਵਿੱਖ ਸਭ ਤੋਂ ਪਹਿਲਾਂ ਆਉਂਦਾ। ਸਰਕਾਰ ਇੱਕ ਹਾਈ ਲੈਵਲ ਕਮੇਟੀ ਗਠਨ ਕਰਨ ਜਾ ਰਹੀ ਹੈ ਜੋ ਇਸ ਵਾਰ ਪ੍ਰਕਰਣ ਮੇ NTA ਕੇ ਸੰਬੰਧ ਮੇ, ਮੈਨੇ ਪਹਿਲੇ ਵੀ ਕਹਾ ਹੈ, NTA ਕੇ ਸੰਬੰਧ ਮੇ ਕਈ ਵਿਸ਼ੇ ਸਾਹਮਣੇ ਲਾਇਆ ਹੈ। NTA ਕੀ ਸਟਰਕਚਰ, NTA ਕੀ ਫੰਕਸ਼ਨਿੰਗ, ਐਗਜ਼ਾਮਿਨੇਸ਼ਨ ਪ੍ਰੋਸੈਸ, ਟ੍ਰਾਂਸਪੇਰੈਂਸੀ ਔਰ ਡਾਟਾ ਸਿਕਿਉਰਿਟੀ ਪ੍ਰੋਟੋਕਾਲ ਕੋ ਔਰ ਇੰਪਰੂਵ ਕਰਨੇ ਕੇ ਲੀਏ ਉਸ ਉੱਚ ਸਤਰੀਯ ਕਮੇਟੀ ਸੇ ਰਿਕਮੈਂਡੇਸ਼ਨ ਅਪੇਖਿਤ ਰਹੇਗੀ। ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਕਿਹਾ ਕਿ ਰਾਜਭਵਨ 'ਚ ਤਾਇਨਾਤ ਕਲਕੱਤਾ ਪੁਲਿਸ ਦੀ ਮੌਜੂਦਾ ਟੀਮ ਕਾਰਨ ਉਹਨਾਂ ਨੂੰ ਆਪਣੀ ਸੁਰੱਖਿਆ ਖਤਰੇ 'ਚ ਲੱਗ ਰਹੀ ਹੈ। ਕੁਝ ਦਿਨ ਪਹਿਲਾਂ ਬੋਸ ਨੇ ਪੁਲਿਸ ਕਰਮਚਾਰੀਆਂ ਨੂੰ ਰਾਜਭਵਨ ਦੀ ਇਮਾਰਤ ਖਾਲੀ ਕਰਨ ਦੇ ਆਦੇਸ਼ ਦਿੱਤੇ ਸੀ। ਹਾਲਾਂਕਿ ਰਾਜਪਾਲ ਭਵਨ 'ਚ ਪੁਲਿਸ ਕਰਮਚਾਰੀ ਹਾਲੇ ਵੀ ਤਾਇਨਾਤ ਨੇ। ਬੋਸ ਨੇ ਦੱਸਿਆ ਕਿ ਮੇਰੇ ਕੋਲ ਕਾਰਨ ਨੇ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਮੌਜੂਦਾ ਇੰਚਾਰਜ ਅਤੇ ਉਸਦੀ ਟੀਮ ਮੇਰੀ ਨਿੱਜੀ ਸੁਰੱਖਿਆ ਲਈ ਖਤਰਾ ਹੈ ਅਤੇ ਮੈਂ ਇਸ ਬਾਰੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੱਸ ਦਿੱਤਾ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਯੋਗ ਗੁਰੂ ਸਵਾਮੀ ਰਾਮਦੇਵ ਨੇ ਆਚਾਰੇ ਬਾਲ ਕ੍ਰਿਸ਼ਨ ਦੇ ਨਾਲ ਸਵਾਮੀ ਰਾਮਦੇਵ ਜੀ ਯੋਗ ਭਵਨ ਹਰਿਦੁਆਰ ਵਿਖੇ ਯੋਗ ਦਿਵਸ ਮਨਾਇਆ। ਇਸ ਦੌਰਾਨ ਸਵਾਮੀ ਰਾਮਦੇਵ ਨੇ ਯੋਗ ਦਿਵਸ ਦੀ ਅਗਵਾਈ ਕੀਤੀ ਤੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਨਿਰੰਤਰ ਯੋਗਾ ਕਰਨ ਦੀ ਸਲਾਹ ਦੱਸੀ ਤੇ ਖੁਦ ਯੋਗਾ ਕਰਕੇ ਦਿਖਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਯੋਗਾ ਕਲਾਸ ਦਾ ਹਿੱਸਾ ਬਣੇ। ਇਸ ਤੋਂ ਬਾਅਦ ਸਵਾਮੀ ਰਾਮਦੇਵ ਨੇ ਲੋਕਾਂ ਨੂੰ ਯੋਗ ਆਸਣ ਦੇ ਲਾਭ ਬਾਰੇ ਵੀ ਦੱਸਿਆ। ਟਾਂਡਾ ਪਹੁੰਚੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਫਸਲਾਂ ਤੇ MSP ਦਿੱਤੇ ਜਾਣ ਦੇ ਐਲਾਨ ਨੂੰ ਨਾਕਾਫੀ ਦੱਸਿਆ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਤੇ MSP ਕਿਸਾਨਾਂ ਲਈ ਨਾਕਾਫੀ ਹੈ। ਉਹਨਾਂ ਆਖਿਆ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੇ ਕਰਮਚਾਰੀ VRC ਲੈ ਰਹੇ ਨੇ, ਇਹ ਚਿੰਤਾਜਨਕ ਗੱਲ ਹੈ। ਇਹਦੇ ਨਾਲ ਨਾ ਕਿਸਾਨ ਖੁਸ਼ ਆ ਅਤੇ ਔਰ ਨਾ ਹੀ ਪੂਰੇ ਹਿੰਦੁਸਤਾਨ 'ਚ ਜੋ ਵਾਅਦੇ ਕੀਤੇ ਸੀ ਉਹਦੇ ਬਾਰੇ ਅਜੇ ਤੱਕ ਗਵਰਨਮੈਂਟ ਆਫ ਇੰਡੀਆ ਆਪ ਵੀ ਕਲੀਅਰ ਨਹੀਂ। ਇਹ ਕਿਹਾ ਗਿਆ ਸੀ ਕਿ ਜਿਹੜੀ ਲੀਗਲ ਗਰੰਟੀ ਦਿੱਤੀ ਜਾਏਗੀ ਉਹਦੇ ਬਾਰੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹਦੇ 'ਤੇ ਸਾਨੂੰ ਦੱਸਣਾ ਪਏਗਾ। ਔਰ ਜਿਹੜੀ ਮਾਮੂਲੀ ਇੱਕ ਥੋੜ੍ਹੀ ਜਿਹੀ ਮੇਰੇ ਖਿਆਲ 150 ਰੁਪਇਆ ਜਿਹੜੀ MSP ਵਧਾਈ ਆ ਇਹਦੇ ਨਾਲ ਕੋਈ ਕਿਸਾਨ ਦਾ ਕੋਈ ਫਾਇਦਾ ਨਹੀਂ ਹੋਣ ਲੱਗੀ। ਇਹਦੇ 'ਚ ਸਾਨੂੰ ਕਰਨਾ ਚਾਹੀਦਾ, ਕਲੱਸਟਰ ਬਣਾ ਲੈਣੇ ਚਾਹੀਦੇ ਆ। ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਝੋਨੇ ਦੀ ਜਿਹੜੀ ਬਿਜਾਈ ਹੁੰਦੀ ਆ ਔਰ ਪਾਣੀ ਦਾ ਇੰਨਾ ਥੱਲੇ ਚਲੇ ਜਾਣਾ, ਬਾਕੀ ਸਟੇਟਾਂ ਦੇ ਵਿੱਚ ਜਿੱਥੇ ਕਣਕ ਨਹੀਂ ਜਾਂ ਝੋਨਾ ਨਹੀਂ ਜਾਂ ਹੋਰ ਕੋਈ ਨੇ, ਇਹਨਾਂ ਦਾ ਆਲਟਰਨੇਟਿਵ ਜਿਹੜਾ ਪੰਜਾਬ ਗਵਰਨਮੈਂਟ ਨੂੰ ਜਾਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਇਹ ਕਰਨੇ ਚਾਹੀਦੇ ਨੇ ਤਾਂ ਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਥੱਲੇ ਬਹੁਤਾ ਨਾ ਜਾਵੇ। ਆਸ਼ਕੀ ਦਾ ਭੂਤ ਕਿਸ ਕਦਰ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ ਕਿ ਆਪਣਿਆਂ ਦਾ ਖੂਨ ਵੀ ਵਹਾਉਣ ਤੋਂ ਗੁਰੇਜ਼ ਨਹੀਂ ਕਰਦਾ। ਇੱਕ ਮਿਸਾਲ ਹੋਰ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਕਸਬਾ ਜੀਰਾ ਵਿੱਚ, ਜਿੱਥੇ ਪਤਨੀ ਵੱਲੋਂ ਆਪਣੀ ਪੁਰਾਣੀ ਆਸ਼ਿਕ ਨਾਲ ਰਲ ਕੇ ਪਿਆਰ ਦੀਆਂ ਲੰਮੀਆਂ ਪੀਂਘਾਂ ਝੂਟਦੇ ਹੋਏ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਖਦੀਪ ਕੌਰ ਦਾ ਵਿਆਹ 11 ਸਾਲ ਪਹਿਲਾਂ ਮਨਜੀਤ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਪਹਿਲਾਂ ਸੁਖਦੀਪ ਕੌਰ ਦਾ ਹਰਜਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਪ੍ਰੇਮ ਸੰਬੰਧ ਸੀ ਜੋ ਵਿਆਹ ਹੋਣ ਤੋਂ ਬਾਅਦ ਵੀ ਜਾਰੀ ਰਿਹਾ, ਜਿਨ੍ਹਾਂ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਕਹਾਣੀ ਬਣਾਈ ਕਿ ਉਸਦਾ ਪਤੀ ਮਨਜੀਤ ਸਿੰਘ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ ਪਰ ਹੁਣ ਤੱਕ ਵਾਪਿਸ ਨਹੀਂ ਆਇਆ। ਇਸ ਦਰਖਾਸਤ ਦੀ ਪੜਤਾਲ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਟੈਕਨੀਕਲ ਸੋਰਸਾਂ ਦੀ ਮਦਦ ਲਈ ਤਾਂ ਸੁਖਦੀਪ ਕੌਰ ਦੀ ਦੱਸੀ ਕਹਾਣੀ ਝੂਠੀ ਨਿਕਲੀ ਤੇ ਪੁਲਿਸ ਪਾਰਟੀ ਨੂੰ ਸੁਖਦੀਪ ਕੌਰ ਦੁਆਰਾ ਆਪਣੇ ਪਤੀ ਨੂੰ ਅਗਵਾ ਕਰਨ ਬਾਰੇ ਸ਼ੱਕ ਹੋਇਆ, ਜਿਸ ਦੀ ਪੁਸ਼ਟੀ ਮਨਜੀਤ ਸਿੰਘ ਦੇ ਭਰਾ ਨੇ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੌਰਾਨੀ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਉੱਥੇ ਹੀ ਮੁਲਜ਼ਮ ਨੇ ਦੱਸਿਆ ਹੈ ਕਿ ਉਸਨੇ ਇਹ ਵੀ ਮੰਨਿਆ ਕਿ ਉਸਨੇ ਸਾਲ 2022 'ਚ ਇੱਕ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਸੀ, ਜਿਸ ਦੌਰਾਨ ਉਸ ਕੋਲ ਭਰਤੀ ਵਿਅਕਤੀਆਂ 'ਚ ਇੱਕ ਵਿਅਕਤੀ ਨੇ ਛੱਤ ਉੱਪਰੋਂ ਹੇਠਾਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਤਾਂ ਉਸਦੀ ਲਾਸ਼ ਨੂੰ ਵੀ ਉਸਨੇ ਇਸੇ ਥਾਂ 'ਤੇ ਪਿੰਡ ਕੰਬੋਹ ਢਾਏ ਦੇ ਨੇੜੇ ਬਿਆਸ ਦਰਿਆ 'ਚ ਸੁੱਟ ਕੇ ਖੁਰਦਬੁਰਦ ਕੀਤਾ ਸੀ ਅਤੇ ਉਸਦੇ ਪਰਿਵਾਰ ਨੂੰ ਉਸਦੇ ਗੁੰਮਸ਼ੁਦਾ ਹੋਣ ਦੀ ਸੂਚਨਾ ਦਿੱਤੀ ਸੀ। ਇਸ ਸੰਬੰਧੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਮੁਕਦਮੇ ਵਿੱਚ ਬਾਕੀ ਰਹਿੰਦੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਵੱਲੋਂ ਰੇਡ ਕੀਤੇ ਜਾ ਰਹੇ ਨੇ ਤੇ ਮੁਕਦਮੇ ਦੀ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਨੇ। ਉਹ ਥਾਣਾ ਸਿਟੀ ਜ਼ੀਰਾ ਆਈ ਸੀ, ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸ਼ਨੋ ਦੇਵੀ ਯਾਤਰਾ 'ਤੇ ਗਿਆ ਸੀ ਅਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ। 10 ਤਾਰੀਖ ਤੱਕ ਉਹ ਫੋਨ 'ਚ ਟੱਚ 'ਚ ਸੀ। ਥਾਣੇ ਵਿੱਚ DSP ਗੁਰਦੀਪ ਜੀ ਅਤੇ SHO ਸਿਟੀ ਜ਼ੀਰਾ
ਕਵਲ ਜੀ ਵੱਲੋਂ ਬੜੀ ਸੂਝਬੂਝ ਅਤੇ ਪ੍ਰੈਜੈਂਸ ਆਫ ਮਾਇੰਡ ਦਾ ਮੁਜ਼ਾਹਰਾ ਕਰਦੇ ਹੋਏ ਜਿਹੜਾ ਉਹਨਾਂ ਦਾ ਤਜ਼ਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸ਼ਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ। ਇਸ ਲਈ ਉਹਨੇ ਟੈਕਨੀਕਲ ਡਿਟੇਲ ਅਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਿਸ ਦਾ ਮਦਦ ਲੈਂਦੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ। ਜਦ ਹੋਰ ਪੜਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਅਤੇ ਉਹਨਾਂ ਦਾ ਸ਼ੱਕ ਜਿਹੜਾ ਹੈਗਾ ਔਰ ਇਹ ਗਹਿਰਾ ਹੋ ਗਿਆ। ਜਦ ਮਨਜੀਤ ਦੇ ਭਰਾ ਗੁਰਸੇਵਕ ਨਾਲ ਰਾਬਤਾ ਗਿਆ ਕੀਤਾ ਗਿਆ ਅਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਭਰਜਾਈ ਸੀ ਸੁਖਦੀਪ ਕੌਰ ਅਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਭਰਾ ਮਨਜੀਤ ਨੂੰ ਸਿਟੀ ਜ਼ੀਰਾ ਜਦ ਸੈਰ ਕਰ ਰਹੇ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ 'ਚ ਕਾਰ 'ਚ ਉਹਨੂੰ ਅਗਵਾ ਕੀਤਾ। ਪੁਲਿਸ ਨੇ ਪਰਚਾ ਦਰਜ ਕਰ ਲਿਆ ਅਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਅਤੇ ਸਾਇੰਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ। 13 ਤਾਰੀਖ ਨੂੰ DSP ਸ਼੍ਰੀ ਬਲਕਾਰ ਜੀ DSP ਜ਼ੀਰਾ ਗੁਰਦੀਪ ਜੀ ਅਤੇ ਸਪੈਸ਼ਲੀ ਅਪੁਆਇੰਟ ਕੀਤੇ ਗਏ ਸੀ DSP NDPS ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਸਰਕਾਰ ਵੱਲੋਂ ਪੂਰੇ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ ਕਹਿਣਾ ਸੂਬਾ ਪ੍ਰਧਾਨ ਜੰਗਵੀਰ ਚੌਹਾਨ ਦਾ ਜਿਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਦੇ ਮੌਸਮ 'ਚ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਲੋੜੀਂਦੀ ਬਿਜਲੀ ਨਾ ਦੇਣ ਕਾਰਨ ਲਗਾਤਾਰ ਝੋਨਾ ਗੰਨਾ ਮੱਕੀ ਅਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਅਤੇ ਇਸ ਸਮੇਂ ਵਿਭਾਗ ਵੱਲੋਂ ਝੋਨੇ ਦੇ ਸੀਜ਼ਨ 'ਤੇ 8 ਘੰਟੇ 15 ਤਰੀਕ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਏਗੀ ਪਰੰਤੂ 15 ਤਰੀਕ ਤੋਂ ਅੱਜ ਤੱਕ ਬਿਜਲੀ ਦੀ ਸਪਲਾਈ ਸਿਰਫ 8 ਘੰਟਿਆਂ ਤੋਂ ਸਿਰਫ 4 ਘੰਟੇ ਆਉਂਦੀ ਜਿਸ ਵਿੱਚ ਵੀ 2 ਤੋਂ 3 ਵਾਰ ਕੱਟ ਲੱਗਦਾ। ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਤਾੜਨਾ ਕਰਦੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਪੂਰੀ 8 ਘੰਟੇ ਨਾ ਮਿਲੀ ਤਾਂ ਕੁਝ ਅਫਸਰਾਂ ਦਾ ਅਣਮਿੱਥੇ ਸਮੇਂ ਦੇ ਲਈ ਘਿਰਾਓ ਕੀਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਠ ਘੰਟੇ ਬਿਜਲੀ ਦਾ ਸ਼ਡਿਊਲ ਤਾਂ ਜਿਹੜਾ ਬਿਜਲੀ ਵਿਭਾਗ ਵੱਲੋਂ ਬਣਾ ਦਿੱਤਾ ਗਿਆ ਆ ਪਰ ਉਹਦੇ ਨਾਲ ਨਾਲ ਪਾਵਰ ਕੱਟ ਜਿਹੜੇ ਹੈ ਉਹ ਪਟਿਆਲੇ ਤੋਂ ਲੱਗਦੇ ਹੈ। ਸੋ 8 ਘੰਟੇ ਦੇ ਵਿੱਚ ਘੱਟੋ ਘੱਟ ਪਾਵਰ ਕੱਟ ਜਿਹੜਾ ਆ 4-5 ਘੰਟੇ 'ਤੇ ਲੱਗਦਾ ਆ। ਨਾਲ ਫਿਰ ਜਿਹੜੇ ਲੋਕਲ ਜਿਹੜੇ ਆ JE ਹੈ ਜਾਂ ਲੋਕਲ SDO ਆ ਸੋ ਫਿਰ ਉਹਨਾਂ ਦੀਆਂ ਲਾਈਨਾਂ ਦੇ ਵਿੱਚ ਫਾਲਟ ਵੀ ਪੈ ਜਾਂਦਾ ਹੈ। ਸੋ ਕੁੱਲ ਮਿਲਾ ਕੇ 1-2 ਘੰਟੇ ਜਿਹੜੀ ਬਿਜਲੀ ਕਿਸਾਨਾਂ ਨੂੰ ਮਿਲਦੀ ਹੈ। ਸੋ 1-2 ਘੰਟੇ ਬਿਜਲੀ ਕਿਸਾਨਾਂ ਨੂੰ ਮਿਲਣ ਦੇ ਨਾਲ ਅੱਜ ਜਿਹੜਾ ਵੱਡਾ ਨੁਕਸਾਨ ਕਿਸਾਨਾਂ ਦੀਆਂ ਫਸਲਾਂ ਦਾ ਹੋਇਆ ਹੈ। ਸੋ ਤੁਸੀਂ ਖੇਤਾਂ ਦੇ ਵਿੱਚ ਜਾ ਕੇ ਦੇਖ ਲਓ ਗੰਨਾ ਸੁੱਕਾ ਪਿਆ ਆ, ਝੋਨਾ ਜਿਹੜਾ ਕਿਸਾਨਾਂ ਨੇ ਲਵਾਈ ਕਰ ਦਿੱਤੀ ਸੀ ਉਹ ਸੁੱਕਣ ਦੇ ਕਿਨਾਰੇ ਆ, ਜਨਰੇਟਰ ਚੱਲ ਰਹੇ ਹੈ। ਸੋ ਅਗਾਂਹ ਜਿਹੜਾ ਆ ਝੋਨਾ ਬੀਜਣ ਵਾਸਤੇ ਜਿਹੜਾ ਆ ਕਿਸਾਨ ਰੁਕਿਆ ਹੋਇਆ ਹੈ। ਸੋ ਜਿਸ ਦਿਨ ਇਲੈਕਸ਼ਨ ਸੀ ਉਸ ਵੇਲੇ ਤਾਂ ਸਰਕਾਰ ਜਿਹੜੀ ਹੈ ਲਗਾਤਾਰ 12-12, 14-14 ਘੰਟੇ ਬਿਜਲੀ ਬੰਦ ਹੀ ਨਹੀਂ ਹੋਣ ਦਿੱਤੀ ਇਹਨਾਂ ਨੇ, ਔਰ ਬਿਜਲੀ ਬਿਲਕੁਲ ਬੰਦ ਨਹੀਂ ਹੋਈ।
ਔਰ ਲਗਾਤਾਰ ਜਿਹੜੀ ਹੈ ਉੱਥੇ ਬਿਜਲੀ ਚੱਲਦੀ ਰਹੀ ਸਾਡੀਆਂ ਮੋਟਰਾਂ ਤੇ ਸਾਡੇ ਘਰਾਂ ਦੇ ਵਿੱਚ। ਅੱਜ ਬਿਜਲੀ ਦੀ ਇੰਨੀ ਮਾੜੀ ਸਪਲਾਈ ਹੈ ਕਿ ਕਿਸਾਨ ਜਿਹੜਾ ਆ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਵਾਸਤੇ ਮਜਬੂਰ ਹੋ ਗਿਆ ਹੈ। ਸੋ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਾਈ ਵੋਟਾਂ ਬੇਸ਼ੱਕ ਲੰਘ ਗਈਆਂ, ਅਗਾਂਹ ਵੀ ਵੋਟਾਂ ਤੁਹਾਡੀਆਂ ਆਉਣੀਆਂ ਆ। ਤੁਹਾਡਾ ਜਿਹੜਾ ਦੋਹਰਾ ਚਿਹੜਾ ਦੋਹਰੀ ਨੀਤੀ ਹੈ ਉਹ ਲੋਕਾਂ ਦੇ ਸਾਹਮਣੇ ਜਿਹੜੀ ਅੱਜ ਆ ਗਈ ਹੈ। ਅੱਜ ਲਗਾਤਾਰ ਕੱਟ ਲੱਗ ਰਹੇ ਆ, ਕਿਸਾਨ ਸਮੇਂ ਸਿਰ ਫਸਲ ਨਹੀਂ ਬੀਜ ਰਿਹਾ। ਜੇਕਰ ਕਿਸਾਨ ਜਿਹੜੇ ਹੈ ਫਸਲ ਲੇਟ ਬੀਜਣਗੇ ਸੋ ਉਹਦੇ ਵਿੱਚ ਮੋਇਸਚਰ ਜ਼ਿਆਦਾ ਆਊਗਾ, ਜਦੋਂ ਮੋਇਸਚਰ ਜ਼ਿਆਦਾ ਆਉਂਦਾ ਤਾਂ ਫਿਰ ਜਿਹੜੇ ਆੜ੍ਹਤੀ ਹੈ ਉਹ ਇਹਨੂੰ ਕੱਟ ਲਾਉਂਦੇ ਆ। ਸਰਕਾਰ ਜਿਹੜੀ ਹੈ ਉਹਦੀ ਭਰਾਈ ਨਹੀਂ ਕਰਦੀ, ਉਹਦੀ ਤਲਾਈ ਨਹੀਂ ਕਰਦੀ। ਟਾਂਡਾ ਦੇ ਬਿਜਲੀ ਮੁਲਾਜ਼ਮਾਂ ਨੇ ਮੈਨੇਜਮੈਂਟ ਵੱਲੋਂ ਕੀਤੀਆਂ ਗਈਆਂ ਕਰਮਚਾਰੀਆਂ ਦੀਆਂ ਜਬਰੀ ਬਦਲੀਆਂ ਦੇ ਖਿਲਾਫ ਹੜਤਾਲ ਕਰਦੇ ਹੋਏ ਬਿਜਲੀ ਘਰ ਦੇ ਬਾਹਰ ਧਰਨਾ ਦਿੱਤਾ ਤੇ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੱਤਾ ਸੀ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕਰਮਚਾਰੀਆਂ ਦੀਆਂ ਬਦਲੀਆਂ ਰੱਦ ਕੀਤੀਆਂ ਗਈਆਂ ਨੇ, ਪਰੰਤੂ ਅਜੇ ਵੀ ਕਰਮਚਾਰੀ ਦੀ ਬਦਲੀ ਰੱਦ ਨਹੀਂ ਕੀਤੀ ਗਈ। ਹੁਸ਼ਿਆਰਪੁਰ ਰੋਡ ਤੇ ਪਿੰਡ ਮਾਛੀਆਂ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਹਾਦਸਾ ਉਸ ਵੇਲੇ ਵਾਪਰੇ ਜਦੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜੋ ਪਿੰਡ ਸ਼ੇਖਾਂ ਦਾ ਦੱਸਿਆ ਜਾ ਰਿਹਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਦੀ ਟੀਮ ਦੇ ਵੱਲੋਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।